दैनिक सवेरा देख रहे हो तुसीं तां मैं हिम्मत सिंह दिगपाल एसी भाईचारे वालों लुधियाना दे विच वड्डी गिणती दे विच प्रदर्शन जिहड़ा कीता जा रहा है तां तस्वीरां तुहानूं दिखावांगे लुधियाना दे घंटा घर चौंक दियां जिथे कि एसी भाईचारे वालों इंदर मेघवाल के हक के जिहड़ा कि प्रदर्शन किया जा रहा है तो जिहड़ा कि कातल है उसनूं फांसी की सज़ा देने के लिए जिहड़ा कि प्रदर्शन किया जा रहा है तो हत्थां दे भी तख्तियां भी फड़ियां होईयां ने इंदर मेघवाल के कातलों फांसी की सज़ा दिओ माओवादी व्यवस्था मुर्दाबाद सो वक् वक् तरह तख्तियां जिहड़ियां ने हत्थां दे विच फड़ के प्रदर्शन जिहड़ा कि उह किया जा रहा है तो वड्डी गिणती दे विच अज्ज एसी भाईचारे दे जिहड़े कि लोग ने उहनां दे वल्लों घंटा घर के जिहड़ा कि प्रदर्शन उह किया जा रहा है तो गलबात भी करन दी कोशिश करांगे तो वड्डी गिणती दे विच लोग भी इत्थे जिहड़े पहुंचे ने रोड नूं जिहड़ा कि काफ़ी हद तक ब्लॉक कर दिया गया है तो धरना प्रदर्शन किया जा रहा है कि जिहड़े कातल ने इंदर मेघवाल दे उसनूं फांसी की सज़ा की जिहड़ी कि मंग है उह की जा रही है तो तस्वीरां तुहानूं दिखा रहे हैं लुधियाना तो घंटा घर चौंक दियां हरजिंदर कैंप जी कुलदीप सिंह जी हत्था शेरजंग तो सतीश कुमार जी डॉक्टर रेशम जी हत्था दे विच तख्तियां फड़ के जिहड़ा कि प्रदर्शन ने उह कर रहे ने एसी भाईचारा जिंदाबाद अब्दुल्ला टेलर अंदर मेघवाल दे कातल नूं फांसी दित्ती जावे सारे साथी बिट्टू शेरपुरी जी तस्वीर तुसीं देख सकते हो बलकीर सिंह जनागल साहब वो छोटे बच्चे की तस्वीर भी हद दे विच फड़ी हुई है बैनर दे विच फड़ी हुई है साथियों इंसाफ की जिहड़ी कि मंग है कीती जा रही है समाज की जिहड़ी आ पंचायत साडे समाज दे मुखी जिवें बिट्टू जी कह के गए आ तो मैं सारे साथियों नूं दस्स रहा हां लुधियाना तो जिथे कि प्रदर्शन है कीता जा रहा है तां गलबात भी कर लैने आ क्रांतिकारी फेडरेशन लुधियाने दे विच ਤਾਂ ਲੁਧਿਆਣਾ ਦੇ ਘੰਟਾ ਘਰ ਚੌਂਕ ਦੇ ਵਿੱਚ ਜਿਹੜਾ ਕਿ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਹੈ ਸਾਡੇ ਸਤਿਕਾਰਯੋਗ ਸਾਥੀ ਗੱਲਬਾਤ ਕਰ ਲੈਂਦੇ ਆ ਮੈਂ ਉਹਨਾਂ ਨੂੰ ਅਨਮੁੱਲੇ ਹੀਰੇ ਭਾਜੀ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਦੇਖੋ ਸਾਡਾ ਅੱਜ ਦਾ ਜਿਹੜਾ ਰੋਲ ਹੈ ਸਾਥੀਆਂ ਦੇ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਇੰਦਰ ਮੇਘਵਾਲ ਦੇ ਨਾਲ ਮੁਖੀਆਂ ਦੇ ਜੋ ਇੱਕ ਚਾਹੇ ਉਹ ਵੱਖ-ਵੱਖ ਬਹੁਤ ਹੀ ਘਨੌਲੀ ਹਰਕਤ ਜਿਹੜੀ ਕੀਤੀ ਕਿ ਸਿਰਫ ਇੱਕ ਪਾਣੀ ਪੀਣ ਨੂੰ ਲੈ ਕੇ ਉਹਦੇ ਸਬੰਧ ਦੇ ਵਿੱਚ ਅੱਜ ਦਾ ਰੋਸ ਪ੍ਰਦਰਸ਼ਨ ਆ ਸਾਡੀ ਇਹ ਮੰਗ ਆ ਕਿ ਪੰਜਾਬ ਦੇ ਗਵਰਨਰ ਰਹੀਂ ਜਿਹੜੀ ਉਹ ਸਰਕਾਰ ਆ ਉਹਨੂੰ ਉੱਥੇ ਬਰਖਾਸਤ ਕੀਤਾ ਜਾਵੇ ਅਤੇ ਦੂਸਰਾ ਜਿਹੜਾ ਆ ਜਿਹੜੇ ਦੋਸ਼ੀ ਆ ਕਹਿ ਲਿਆ ਉਹਨੂੰ ਵੱਧ ਤੋਂ ਵੱਧ ਜਿਹੜੀ ਫਾਂਸੀ ਸਜ਼ਾ ਦਿੱਤੀ ਜਾਵੇ ਔਰ ਜਿਹੜੀ ਫਾਂਸੀ ਸਜ਼ਾ ਉਹ ਇਸ ਤਰ੍ਹਾਂ ਨਹੀਂ ਮਿਲਣੀ ਕਿ ਮਤਲਬ ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਜਿਹੜੇ ਕਾਫੀ ਸਮੇਂ ਤੋਂ ਜਿਹੜੇ ਕੇਸ ਜਿਹੜੇ ਲਟਕਦੇ ਆਏ ਆ ਇਹ ਵੀ ਲਟਕ ਜਾਣਾ ਅੱਜ ਦਾ ਪ੍ਰੋਟੈਸਟ ਦਾ ਮਤਲਬ ਇਹੀ ਆ ਕਿ ਉਹਦੀ ਫਾਸਟ ਟਰੈਕ ਕੋਰਟ ਬਣਾ ਕੇ ਸਪੈਸ਼ਲ ਜੱਜਾਂ ਦਾ ਬੈਚ ਬਣਾ ਕੇ ਇਹਨੂੰ 2 ਮਹੀਨੇ ਦੇ ਅੰਦਰ ਕਾਰਵਾਈ ਕੀਤੀ ਜਾਵੇ ਔਰ ਉਸ ਦੋਸ਼ੀ ਨੂੰ ਫਾਂਸੀ ਦੇ ਤਖਤੇ ਲਟਕਾਇਆ ਜਾਵੇ ਇੰਦਰ ਮੇਘਵਾਲੇ ਦੀ ਉਮਰ ਕਿੰਨੀ ਸੀਗੀ ਤੇ ਰਾਜਸਥਾਨ 'ਚ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਦੇਖੋ ਇੰਦਰ ਮੇਘਵਾਲ ਜਿਹੜਾ ਇੱਕ ਐਸੀ ਸਮਾਜ ਦਾ ਬੱਚਾ ਸੀ ਉਹਦੀ ਉਮਰ 9 ਸਾਲ ਸੀ ਰਾਜਸਥਾਨ ਦੇ ਜਲੌਰ ਦਾ ਰਹਿਣ ਵਾਲਾ ਸੀ ਜਿਸ ਨੇ ਸਿਰਫ ਇੱਕ ਹੈੱਡ ਮਾਸਟਰ ਦੀ ਜਿਹੜੀ ਹੈ ਮਾਨਸਿਕਤਾ ਜਿਹੜੀ ਜ਼ਾਹਰ ਕੀਤੀ ਹੈੱਡ ਮਾਸਟਰ ਨੇ ਜਦੋਂ ਉਹਨੇ ਬੱਚੇ ਨੇ ਪਾਣੀ ਦੇ ਕੜੇ ਨੂੰ ਹੱਥ ਲਾਇਆ ਪਾਣੀ ਪੀਣ ਲਈ ਤਾਂ ਹੈੱਡ ਮਾਸਟਰ ਨੇ ਜਿਹੜਾ ਆ ਉਹਨੂੰ ਕੁੱਟ-ਕੁੱਟ ਕੇ ਜਿਹੜਾ ਮਰਨ ਵਰਗਾ ਕਰ ਦਿੱਤਾ ਤੇ 20 ਦਿਨਾਂ ਬਾਅਦ ਉਸ ਬੱਚੇ ਦੀ ਵਿਚਾਰੇ ਦੀ ਇਲਾਜ ਦੌਰਾਨ ਡੈਥ ਹੋ ਗਈ ਅੱਜ ਵੀ ਲੋਕਾਂ ਦੀ ਮਾਨਸਿਕਤਾ ਉਹੀ ਹੈ ਵੀ ਇੱਕ ਛੋਟਾ ਬੱਚਾ ਜੇਕਰ ਪਾਣੀ ਪੀਣ ਨੂੰ ਘੜੇ ਨੂੰ ਹੱਥ ਲਾਉਂਦਾ ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਦੇਖੋ ਇਹ ਜਿਹੜੀ ਸੇਮ ਘਟਨਾ ਜਿਹੜੀ ਆ ਜੋ ਅੱਜ ਜਿਹੜੀ ਇੰਦਰ ਮੇਘਵਾਲ ਨਾਲ ਹੋਈ ਹੈ 125 ਸਾਲ ਪਹਿਲਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨਾਲ ਵੀ ਇੱਦਾਂ ਹੀ ਹੋਇਆ ਸੀ ਜਦੋਂ ਉਹਨਾਂ ਨੇ ਘੜੇ ਨੂੰ ਹੱਥ ਲਾਇਆ ਸੀ ਉਹਨੂੰ ਹੱਥ ਤੋੜ ਦਿੱਤਾ ਗਿਆ ਸੀ ਮਾਸਟਰ ਵੱਲੋਂ ਅੱਜ ਇਹ ਲੋਕ ਜਿਹੜੇ ਜਾਤੀ ਮਾਨੀ ਲੋਕ ਆ ਅੱਜ ਫਿਰ ਇਹ ਇਤਿਹਾਸ ਜਿਹੜਾ ਉਹ ਦੁਆਰਾ ਦਰਾ ਰਹੇ ਆ ਤੇ ਮੈਂ ਆਪਣੇ ਸਮਾਜ ਨੂੰ ਬੇਨਤੀ ਕਰੂੰਗਾ ਜੇ ਉਹ ਇਤਿਹਾਸ ਦਰਾ ਰਹੇ ਆ ਤਾਂ ਤੁਹਾਨੂੰ ਵੀ ਇਤਿਹਾਸ ਦਹਰਾਉਣ ਦੀ ਲੋੜ ਹੈ ਤੁਹਾਨੂੰ ਵੀ ਉਹੀ ਕੰਮ ਕਰਨੇ ਚਾਹੀਦੇ ਆ ਜਿਹੜੇ ਬਾਬਾ ਸਾਹਿਬ ਗੁਰੂ ਰਵਿਦਾਸ ਸਾਡੇ ਰਹਿਬਰਾਂ ਨੇ ਕੀਤੇ ਇਹੀ ਸੇਮ ਘਟਨਾ ਬਾਬਾ ਸਾਹਿਬ ਨਾਲ ਹੀ ਜੀ ਬਿਲਕੁਲ ਅੱਜ ਤੋਂ 125 ਸਾਲ ਪਹਿਲਾਂ 1917 ਦੇ ਵਿੱਚ ਬਾਬਾ ਸਾਹਿਬ ਦੇ ਨਾਲ ਇਹ ਸੇਮ ਘਟਨਾ ਹੋਈ ਸੀ ਜਦੋਂ ਸਕੂਲ ਦੇ ਵਿੱਚ ਪੜ੍ਹਨ ਜਾਂਦੇ ਸੀ ਉਹਨਾਂ ਨੂੰ ਤਾਂ ਬਾਹਰ ਬਿਠਾਇਆ ਜਾਂਦਾ ਸੀ ਚੱਪਲਾਂ ਦੇ ਵਿੱਚ ਲੇਕਿਨ ਉਹਨਾਂ ਨੇ ਤਈਆ ਕਰ ਲਿਆ ਸੀ ਵੀ ਮੈਂ ਆਪਣੇ ਜਿੰਦੇ ਜੀ ਆਪਣੇ ਦੇਸ਼ ਦੇ ਹਾਲਾਤ ਇਦਾਂ ਦੇ ਕਰੂੰਗਾ ਆਪਣੇ ਸਮਾਜ ਦੇ ਹਾਲਾਤ ਇਦਾਂ ਦੇ ਕਰੂੰਗਾ ਕਿ ਸਾਡੇ ਲੋਕਾਂ ਨੂੰ ਇਦਾਂ ਚੱਪਲਾਂ 'ਚ ਨਾ ਬਹਿਣਾ ਪਵੇ ਸਾਡੇ ਲੋਕਾਂ ਦੇ ਨਾਲ ਇਦਾਂ ਪਾਣੀ ਪੀਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਰਾਜਸਥਾਨ ਦੀ ਸਰਕਾਰ ਨਾਲ ਜਾਂ ਫਿਰ ਸਾਡੇ ਬਹੁਤ ਇਸ ਵਿਸ਼ੇ ਨੂੰ ਲੈ ਕੇ ਦੇਖੋ ਸਰਕਾਰਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਸਰਕਾਰਾਂ ਅਸੀਂ ਪੰਜਾਬ 'ਚ ਬੈਠੇ ਹਾਂ ਅਸੀਂ ਤਾਂ ਡੀਸੀ ਰਾਹੀਂ ਰਾਜਪਾਲ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਜੀ ਮੰਗ ਪੱਤਰ ਦਿੱਤਾ ਤੁਸੀਂ ਮਨਪਤੇ ਤੋਂ ਡੀਸੀ ਨੂੰ ਹਾਂਜੀ ਮੰਗ ਪੱਤਰ ਦੇ ਰਹੇ ਹਾਂ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਲੁਧਿਆਣਾ ਦੇ ਘੰਟਾ ਘਰ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ
बड़ी गिनती दे विच जिहड़ा कि प्रदर्शन उह कीता जा रहा इंद्र मेघवालिया जिहड़ा कि बच्चा सीगा जिसका कसूर सिर्फ इन्ना सीगा कि वह पानी पीन दे लई घड़े नूं हत्थ लांदा तो उस तो बाद हैडमास्टर दे वल्लों उसनों कुट कुट के जिहड़ा कि मौत दे घाट है उतार दिता जांदा है। तां जिस दे विरोध दे विच अज पूरा एसी समाज है जिहड़ा कि वह सड़कां दे विच उतरिया होया है तो मंग की जा रही है कि जिहड़ा उन्हां दा कातल है उसनों जिहड़ा कि इंसाफ है वह दिता जाए। तो वड्डी गिनती दे विच अज एसी भाईचारे जिहड़े कि लोग ने इत्थे इकट्ठे होए ने तो प्रदर्शन है जिहड़ा कि वह किया जा रहा है। तो तस्वीर तुम दिखा रहे हैं लुधियाना के घंटा घर तो जिते कि वड्डी गिनती दे विच एसी भाईचारे के लोग जिहड़े कि इकट्ठे होए ने तो इंद्र मेघवालिया नूं जिहड़ा कि इंसाफ दवाउण लई जिहड़ा कि गल आ कही जा रही है और सिर्फ तुहानूं कसूर दवाई और फिर दस दिंदा इंद्र का कसूर सिर्फ इन्ना कि सी वह अपनी प्यास मिटाउण दे लई जिहड़ा घड़े का पीण वाला पानी हुंदा वह पानी पी लैंदा है तो जिसनों लै के जिहड़ा कि हैडमास्टर है उसके वल्लों उसका बेरहमी के नाल जिहड़ा कि कुट कुट के उसकी जिहड़ी कि हत्या कर दी जाती है। तो राजस्थान की यह घटना दसी जा रही है। तो हुण एसी भाईचारे वल्लों इंद्र नूं इंसाफ दवाउण दे लई प्रदर्शन है जिहड़ा कीता जा रहा। तो डीसी नूं भी किया कि डीसी साहब नूं मंग पत्र सौंपणगे तो अपनी जिहड़ी कि आवाज़ ने राजस्थान सरकार तक पहुँचाएंगे। कैमरा परसन बॉबी दे नाल हिम्मत सिंह दिखपाल दैनिक सवेरा लुधियाना। बाबा यामीन बंगाली गोल्ड मैडलिस्ट तुहाडे शहर च पहली बार अद्भुत शक्ति चमत्कार वेखो। देश विदेश च बैठे सानू व्हाट्सएप ते भी कॉल कर सकदे ने। घर बैठे 11 मिनटां च 101% गारंटी नाल समाधान। वशीकरण ते मुठकरनी दे माहिर सब तो पहला काम करन दा वादा। नौकरी प्रमोशन कारोबार च परेशानी घर च झगड़ा बरकत औलाद कहने तो बार होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी चनबन जादू टोना मनमोहनी वशीकरण करवाना जा तुड़वाना सौतन दुश्मन तो छुटकारा सदा लई रुस्से नु मनाउणा प्यार मोहब्बत बाबा यामीन बंगाली 96435032321।